बिस्मिल्लाहिर्रहमानिर्रहीम। तमाम देखन और सुनने वाले नु अस्सलामु अलैकुम। तुसी देख रहे हो साडा यूट्यूब चैनल जट जिम्मेदार व्लॉग से नाम तो इनू सबसक्राइब भी करना, लाइक शेयर ते कमेंट भी करते रहना और साडी कमी बेशी भी सानू दसते रहना, गाइड करते रहना। तो जिस तरह तुसी देख रहे हो कि मैं अज अपनी जिहड़ी तिलां दी फसल है उस दे विच ही खड़ा वां और अज मेरा वीडियो बनाउण दा मकसद है कि अपने भाइयों दे नाल शेयर करना कि साडे इलाके दे विच ਤਿਲ ਦਾ ਜਿਹੜਾ ਵਾ ਰੇਟ, ਜਿਹੜਾ ਬਾਰਸ਼ੀ ਤਿਲਾਂ ਦਾ ਰੇਟ ਕੀ ਆ ਔਰ ਐਂਡ ਤੋਂ ਐਂਡ ਜਿਹੜਾ ਸਾਡੇ ਇਲਾਕੇ ਦੇ ਸਭ ਤੋਂ ਅੱਛਾ ਰੇਟ ਤਿਲਾਂ ਦਾ ਉਹ ਕੀ ਚੱਲਦਾ ਪਿਆ ਔਰ ਸਭ ਤੋਂ ਘੱਟ ਜਿਹੜਾ ਰੇਟ ਆ ਉਹ ਕੀ ਚੱਲਦਾ ਪਿਆ। ਕਿਉਂਕਿ ਜਦੋਂ ਤਿਲ ਕਾਸ਼ਤ ਕੀਤੇ ਸੀ ਔਰ ਪਿਛਲੇ ਸਾਲ ਨੂੰ ਦੇਖ ਕੇ, ਪਿਛਲੇ ਕੁਝ ਇੱਕ ਦੋ ਸਾਲਾਂ ਨੂੰ ਦੇਖ ਕੇ ਕਾਫ਼ੀ ਲੋਕਾਂ ਨੇ ਜਿਹੜੇ ਨੂੰ ਤਿਲ ਇਸ ਦਫ਼ਾ ਕਾਸ਼ਤ ਕੀਤੇ ਸੀ ਔਰ ਹੱਤਾਂ ਕਿ ਇਹੋ ਜਿਹੀਆਂ ਜ਼ਮੀਨਾਂ ਦੇ ਵਿੱਚ ਵੀ ਤਿਲ ਕਾਸ਼ਤ ਹੋਏ ਨੇ ਇਸ ਦਫ਼ਾ ਸਾਡੇ ਇਲਾਕੇ ਦੇ ਵਿੱਚ, ਜਿਹਦੇ ਵਿੱਚ ਮੱਕੀ ਔਰ ਧਾਨ ਲੋਕ ਕਾਸ਼ਤ ਕਰਦੇ ਸਨ। ਤਿਲ ਦਾ ਕਿਸੇ ਨੇ ਅੱਜ ਤੱਕ ਸੋਚਿਆ ਨਹੀਂ ਸੀ ਕਿ ਅਸੀਂ ਤਿਲ ਕਾਸ਼ਤ ਕਰਾਂਗੇ, ਲੇਕਿਨ ਸਾਬਕਾ ਜਿਹੜਾ ਪਿਛਲਾ ਸਾਲ ਗਿਆ ਉਸ ਸਾਲ ਦੇ ਵਿੱਚ ਰੇਟ ਜਿਹੜਾ ਮਾਸ਼ਾਅੱਲਾ ਕਾਫ਼ੀ ਬਿਹਤਰ ਰਿਹਾ ਵਾ। ਉਸ ਰੇਟ ਨੂੰ ਦੇਖਦਿਆਂ ਹੋਇਆ ਇਸ ਦਫ਼ਾ ਜਿਹੜੀ ਕਾਸ਼ਤ ਤਿਲ ਦੀ ਉਹ ਬਹੁਤ ਜ਼ਿਆਦਾ ਹੋਈ ਸੀ ਔਰ ਇਹ ਕਿਹਾ ਜਾ ਸਕਦਾ ਸੀ ਉਦੋਂ ਔਰ ਹਰ ਬੰਦੇ ਦੇ ਜ਼ਬਾਨ 'ਤੇ ਇਹ ਸੀ ਕਿ ਚਲੋ ਯਾਰ 19,000-20,000 ਨੂੰ ਵੇਖਦੇ ਰਹੇ ਨੇ ਔਰ ਇਸ ਦਾ ਵਿਕਾਸ ਜ਼ਿਆਦਾ ਹੋ ਗਈ ਹੈ ਅਤੇ ਚਲੋ 12,000-14,000 ਨੂੰ ਤਾਂ ਸੇਲ ਹੋਣਗੇ ਜਾਂ 15,000 ਨੂੰ ਸੇਲ ਹੋਣਗੇ। ਔਰ ਤਿਲਾਂ ਦੀ ਫਸਲ ਜਿਹੜੀ ਹੈ ਇਸ ਸੀਜ਼ਨ 2024 ਦੇ ਵਿੱਚ ਔਰ ਅੱਜ 27 ਅਗਸਤ 2024 ਹੈ ਔਰ ਸਟਾਰਟ ਤੋਂ ਲੱਗ ਕੇ ਤਕਰੀਬਨ 2 ਮਹੀਨੇ ਤੱਕ ਜਿਹੜੀ ਤਿਲ ਦੀ ਫਸਲ ਹੈ ਉਹ ਤਕਰੀਬਨ ਠੀਕ ਰਹੀ ਆ, ਉਹਨੂੰ ਕਿਸੇ ਬਿਮਾਰੀ ਨੇ ਇੰਨਾ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਇਆ ਔਰ ਦੂਸਰੀਆਂ ਫਸਲਾਂ ਤਰ੍ਹਾਂ ਇੱਕ ਆਮ ਰੋਡੀਨ ਦੇ ਵਿੱਚ ਸੁੰਡੀ ਵਗੈਰਾ ਦਾ ਅਟੈਕ ਤਾਂ ਪਹਿਲਿਆਂ ਦਿਨਾਂ ਦੇ ਵਿੱਚ ਹੈ ਸੀ ਲੇਕਿਨ ਉਹ ਸਪਰੇਵਾਂ ਦੇ ਨਾਲ ਕੰਟਰੋਲ ਹੋ ਗਿਆ। ਲੇਕਿਨ ਜੂੰ ਹੀ ਇਹ ਫਸਲ 60 ਦਿਨ ਤੋਂ 55 ਦਿਨ ਤੋਂ ਬਾਅਦ ਇਕਰਾਸ ਕੀਤਾ ਇਹਨੇ, ਇਹਨੂੰ ਜਿਹੜਾ ਵਾ ਮੋਲਾ ਪੈ ਗਿਆ ਔਰ ਫਸਲ ਕਾਫ਼ੀ ਹੱਦ ਤੱਕ ਜਿਹੜੀ ਸੁੱਕ ਗਈ ਔਰ ਕਾਫ਼ੀ ਸਾਡੇ ਇਲਾਕੇ ਦੇ ਵਿੱਚ ਦੋਸਤਾਂ ਨੇ ਫਸਲ ਦੇ ਵਿੱਚ ਹੱਲ ਚਲਾ ਅਤੇ ਡਿਸਕਾਂ ਚਲਾ ਕੇ ਵਾਹ ਦਿੱਤੀ, ਅਗਲੀ ਫਸਲ ਕਾਸ਼ਤ ਕਰ ਲਈ, ਮਸਲ ਨੂੰ ਫਸਲ ਜਿਹੜੀ ਉਹ ਖਰਾਬ ਹੋ ਗਈ ਔਰ 2-3 ਵਜੂਹਾਤ ਦੀ ਵਜ੍ਹਾ ਨਾਲ ਜਿਹੜੀ ਇਹਦੀ ਐਵਰੇਜ ਉਹਦੇ 'ਤੇ ਕਾਫ਼ੀ ਜ਼ਿਆਦਾ ਜਿਹੜਾ ਫਰਕ ਪੈ ਗਿਆ। ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਵਾ ਗਰਮੀ ਦੀ ਕਾਫ਼ੀ ਜ਼ਿਆਦਾ ਹੋ ਗਈ ਔਰ ਬਾਕੀ ਫਸਲਾਂ ਤਰ੍ਹਾਂ ਉਹਨੇ ਤਿਲ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਮੁਤਾਸਰ ਕੀਤਾ ਔਰ ਫਲ ਵੀ ਇੰਨਾ ਜ਼ਿਆਦਾ ਨਹੀਂ ਟਿਕਿਆ ਔਰ ਜਿਹੜਾ ਫਲ ਘੱਟ ਲੱਗਿਆ। ਉਸ ਤੋਂ ਬਾਅਦ ਜਿਹੜੀਆਂ ਫਿਰ ਇਹ ਬਿਮਾਰੀ ਜਿਹੜੀ ਇਹਦਾ ਹਮਲਾ ਹੋਇਆ ਔਰ ਫਸਲਾਂ ਕਿੱਲਿਆਂ ਦੇ ਕਿੱਲੇ ਲੋਕਾਂ ਦੇ ਜਿਹੜੇ ਨੇ ਉਹ ਖਰਾਬ ਹੋਏ ਔਰ ਲੋਕਾਂ ਨੇ ਵਾਹ ਦਿੱਤੇ ਔਰ ਤੀਸਰਾ ਫਿਰ ਜਦੋਂ ਇਹ ਹੁਣ ਇਹਦੀ ਕਟਾਈ ਤੋਂ ਬਾਅਦ ਇਹਦੀ ਛੰਡਾਈ ਦਾ ਮੁਰਾਲਾ ਜਿਹੜਾ ਸ਼ੁਰੂ ਹੋਇਆ ਔਰ ਬਾਰਿਸ਼ਾਂ ਦੇ ਨਾਲ ਹੀ ਸਟਾਰਟ ਹੋ ਗਈਆਂ ਔਰ ਕਮੋਬੇਸ਼ ਅੱਜ 1 ਮਹੀਨੇ ਦੇ ਕਰੀਬ ਟਾਈਮ ਆਉਣ ਵਾਲਾ ਵਾ ਔਰ ਬਾਰਿਸ਼ਾਂ ਸਾਡੇ ਇਲਾਕੇ 'ਚ ਵਕਫੇ ਵਕਫੇ ਨਾਲ ਜਿਹੜਾ 2-4 ਦਿਨ ਦਾ, ਇਹ ਪਿਛਲੇ ਜਿਹੜੇ ਕੁਛ ਦਿਨ ਗਏ ਨੇ ਇਹਦੇ ਵਿੱਚ ਤਕਰੀਬਨ 7-8 ਦਿਨ ਦਾ ਵਕਫਾ ਆਇਆ, 1 ਹਫ਼ਤੇ ਦਾ ਕਹਿ ਸਕਦੇ ਤੁਸੀਂ ਵਕਫਾ ਆਇਆ ਵਾ ਔਰ ਹੱਤਾਂ ਕਿ ਅੱਜ ਵੀ ਜਿਹੜੇ ਕਾਫ਼ੀ ਜ਼ਿਆਦਾ ਸੁਬਾਹ ਦੀ ਜਿਹੜੀ ਬਾਰਿਸ਼ ਸਾਡੇ ਇਲਾਕੇ ਦੇ ਵਿੱਚ ਹਲਕੀ ਫੁਲਕੀ ਜਿਹੜੀ ਸਟਾਰਟ ਹੈ ਔਰ ਅਸੀਂ ਖੁਦ ਜਿਹੜੀ ਉਹ ਤਿਲਾਂ ਦੀ ਛੰਡਾਈ ਲਾਈ ਹੋਈ ਸੀਗੀ ਔਰ ਉਹਨਾਂ ਦੀ ਛੰਡਾਈ ਅਸੀਂ ਨਹੀਂ ਕਰ ਸਕੇ, ਰੋਕ ਦਿੱਤੀ ਆ ਕਿਉਂਕਿ ਬਾਰਿਸ਼ ਜਿਹੜੀ ਉਹ ਸਟਾਰਟ ਹੋ ਗਈ ਆ ਔਰ ਇਸ ਟਾਈਮ ਜਿਹੜਾ ਨਾ ਸਭ ਤੋਂ ਜ਼ਿਆਦਾ ਜਿਹੜੀ ਮੁਤਾਸਰ ਕਰਦੀ ਪਈ ਆ ਫਸਲ ਨੂੰ, ਤਿਲ ਦੀ ਫਸਲ ਨੂੰ, ਉਹ ਬਾਰਿਸ਼ ਦੀ ਵਜ੍ਹਾ ਨਾਲ ਹੋ ਰਿਹਾ। ਕਰਦਾ ਤਾਂ ਜੋ ਮਾਲਕ ਬਿਹਤਰ ਕਰਦਾ ਉਹ ਦਿਲਾਂ ਦੇ ਭੇਦ ਨੂੰ ਮਾਲਕ ਜਾਣਦਾ ਵਾ, ਅੱਲਾ ਪਾਕ ਨੇ ਹਰ ਇਨਸਾਨ ਨੂੰ ਰੋਜ਼ੀ ਦੇਣੀ ਇਹਦੇ 'ਚ ਕੋਈ ਨਹੀਂ, ਲੇਕਿਨ ਇਸ ਟਾਈਮ ਤੱਕ ਜੋ ਹੈ ਨਾ ਇਹਦੇ ਰੇਟ 'ਤੇ ਵੀ ਜਿਹੜਾ ਅਸਰ ਪੈ ਰਿਹਾ ਵਾ ਔਰ ਇਹਦੀ ਐਵਰੇਜ 'ਤੇ ਵੀ ਜਿਹੜਾ ਪਹਿਲੇ ਫਸਲ ਜਿਹੜੀ ਬਚੀ ਕੁਚੀ ਆ ਉਹ ਸਿਰਫ ਬਾਰਿਸ਼ਾਂ ਦੀ ਵਜ੍ਹਾ ਨਾਲ ਕਾਫ਼ੀ ਜ਼ਿਆਦਾ ਜਿਹੜੀ ਉਹ ਮੁਤਾਸਰ ਹੋ ਰਹੀ ਹੈ। ਹੁਣ ਸਾਡੇ ਇਲਾਕੇ 'ਚ ਜਿਹੜੀ ਇਹਦੀ ਐਵਰੇਜ ਆ ਰਹੀ ਹੈ ਅੱਛੀ ਤੋਂ ਅੱਛੀ ਐਵਰੇਜ ਆ ਰਹੀ ਹੈ, ਦੇਖੋ 5-7 ਮਣ ਇੱਕ ਰੋਟੀਨ ਦੇ ਹਿਸਾਬ ਨਾਲ ਕਿਸੇ ਲੋਕਾਂ ਦੀ ਆ ਰਹੀ ਹੈ,
ਜ਼ਿਆਦਾਤਰ ਜਿਹੜੀ ਐਵਰੇਜ ਆ ਰਹੀ ਹੈ ਦੋ ਮਣ ਤਿੰਨ ਮਣ ਦੀ ਐਵਰੇਜ ਆ ਰਹੀ ਹੈ। ਔਰ ਸਿਰਫ ਲੋਕਾਂ ਨੇ ਪਹਿਲਾਂ ਜਿਹੜੇ ਕੋਲ 10-15 ਦਿਨ ਪਹਿਲਾਂ ਜਿਨ੍ਹਾਂ ਨੇ ਝਾੜ ਝੂੜ ਲਏ ਨੇ ਉਹਨਾਂ ਦੇ ਤਿਲ ਜਿਹੜੇ ਕੁਛ ਬਿਹਤਰ ਹੋ ਗਏ ਨੇ ਕਿ ਉਹਨਾਂ ਦੇ ਬਾਰਿਸ਼ਾਂ ਦੀ ਉਹ ਬੱਚਤ ਹੋ ਗਈ ਸੀਗੀ। ਔਰ ਦੂਸਰੀ ਦਫ਼ਾ ਜਿਹੜੀ ਹੈ ਫਸਲ 'ਚ ਇਸ ਟਾਈਮ ਖੜਾ ਵਾ, ਦੂਸਰੀ ਦਫ਼ਾ ਇਹਦੀ ਛੰਡਾਈ ਨਹੀਂ ਹੋ ਸਕੀ। ਸਿਰਫ ਕਿ ਅੱਜ ਅਸੀਂ ਇਹ ਕਰਨੀ ਸੀ ਔਰ ਬਾਰਿਸ਼ ਜਿਹੜੀ ਉਹ ਸਟਾਰਟ ਹੋ ਗਈ ਆ। ਔਰ ਐਵਰੇਜ ਵੀ ਇਹਦੀ ਜਿਹੜੀ ਉਹ ਮੁਤਾਸਰ ਹੋਈ, ਜ਼ਿਆਦਾ ਜਿਹੜੀ ਉਹ ਮੁਤਾਸਰ ਹੋਈ ਆ। ਔਰ ਉਸ ਤੋਂ ਬਾਅਦ ਹੁਣ ਕੋਈ ਵੀ ਫਸਲ ਲਾ ਲਓ ਤੁਸੀਂ, ਜਦੋਂ ਮੱਕੀ ਹੈ, ਧਾਨ ਹੈ, ਜੋ ਵੀ, ਜਦੋਂ ਉਹਦੀ ਕਟਾਈ ਦਾ ਮਰਹਲਾ ਆਉਂਦਾ ਜਾਂ ਅਸੀਂ ਉਹਨਾਂ ਦੀ ਕਟਾਈ ਕਰ ਲੈਂਦੇ, ਮੰਡੀ ਲੈ ਕੇ ਜਾਂਦੇ, ਬਾਰਿਸ਼ ਭਾਵੇਂ ਕੋਈ 100 ਕਿਲੋਮੀਟਰ ਦੂਰ ਵੀ ਹੋਵੇ ਅਤੇ ਉਹਨਾਂ ਕੋਲ ਇੱਕ ਬਹਾਨਾ ਆ ਜਾਂਦਾ ਵਪਾਰੀਆਂ ਕੋਲ ਜਾਂ ਜਿਹਨਾਂ ਖਰੀਦਣੀ ਹੁੰਦੀ ਹੈ ਕਿ ਇਹ ਜੀ ਬਾਰਿਸ਼ ਹੋ ਗਈ, ਇਹ ਜੀ ਡੈਮੇਜ ਹੋ ਗਈ, ਨਹੀਂ ਫਲਾਂ ਮਸਲਾ ਬਣ ਗਿਆ। ਹਾਲਾਂਕਿ ਉਸ ਫਸਲ ਦੇ ਭਾਵੇਂ ਬਾਰਿਸ਼ ਪਈ ਨਾ ਹੋਵੇ, ਇਲਾਕੇ 'ਚ ਹੋਈ ਹੋਵੇ, ਲੇਕਿਨ ਜਿਹੜੀ ਫਸਲ ਅਸੀਂ ਸੇਵ ਕੀਤੀ ਉਹਦੇ 'ਤੇ ਬਾਰਿਸ਼ ਨਾ ਪਈ ਹੋਵੇ, ਫਿਰ ਲੇਕਿਨ ਫਿਰ ਵੀ ਉਹ ਜਿਹੜਾ ਇੱਕ ਬਹਾਨਾ ਜਿਹੜਾ ਉਹਨੂੰ ਮਿਲ ਜਾਂਦਾ ਕਿ ਬਾਰਿਸ਼ ਹੋ ਗਈ ਔਰ ਰੇਟ ਜਿਹੜਾ ਵਾ ਉਹਦਾ ਡਾਊਨ ਹੋ ਜਾਂਦਾ। ਇਸ ਤਰ੍ਹਾਂ ਹੀ ਹੁਣ ਇਸ ਦਫ਼ਾ ਜਿਹੜੀ ਉਹ ਤਿਲਾਂ ਨਾਲ ਹੋ ਰਹੀ ਹੈ। ਤਿਲਾਂ ਦਾ ਜਿਹੜਾ ਪਹਿਲਾ ਰੇਟ ਸੀ ਉਹ 15-16 ਹਜ਼ਾਰ ਤੋਂ ਥੋੜ੍ਹਾ ਜਿਹਾ ਸਟਾਰਟ ਹੋਇਆ ਵਾ, ਜਦੋਂ ਇੱਕਾ ਦੁੱਕਾ ਲੋਕਾਂ ਨੇ ਝਾੜੇ ਨੇ, ਤਕਰੀਬਨ 15,000 ਤੋਂ ਸਟਾਰਟ ਹੋਇਆ ਸੀ। ਉਸ ਬਾਅਦ ਘਟਦਾ ਔਰ ਇਹ ਤਕਰੀਬਨ 10-12 ਦਿਨ ਪਹਿਲਾਂ ਅਸੀਂ ਸੇਲ ਕੀਤੀ ਨੇ 13,700 ਰੁਪਇਆ ਸੀ, ਔਰ ਉਦੋਂ ਮੰਡੀ ਆਰ ਐਫ ਵਾਲੀ ਸਾਡੀ ਦਾ ਰੇਟ ਹੈਗਾ ਸੀ 14,000 ਰੁਪਇਆ ਐਂਡ ਰੇਟ ਸੀ, ਔਰ ਘੱਟ ਤੋਂ ਘੱਟ ਜਿਹੜਾ ਰੇਟ ਹੈਗਾ ਸੀ 12,500 ਰੇਟ ਸੀਗਾ। ਔਰ ਤਕਰੀਬਨ ਹਰ ਆਉਣ ਵਾਲੇ ਦਿਨ ਦੇ ਨਾਲ ਡੇਲੀ ਜਿਹੜਾ ਕੋਈ 500-400-200 ਜਿਹੜਾ ਤਿਲਾਂ ਦੇ ਰੇਟ 'ਚੋਂ ਨਿਕਲੀ ਜਾਂਦਾ ਵਾ। ਹੁਣ ਜਿਹੜਾ ਸਾਡੇ ਇਲਾਕੇ ਦੇ ਵਿੱਚ ਇਸ ਟਾਈਮ ਜਿਹੜਾ ਤਿਲਾਂ ਦਾ ਰੇਟ ਚੱਲਦਾ ਪਿਆ ਫੀ ਮੰਨ ਦਾ, ਉਹ ਰੇਟ ਚੱਲ ਰਿਹਾ ਸਭ ਤੋਂ ਅੱਛਾ ਜਿਹੜਾ ਕੱਲ੍ਹ ਰੇਟ ਸੀ ਉਹ 10,500 ਤੱਕ ਰੇਟ ਸੀਗਾ। ਕੱਲ੍ਹ ਤਕਰੀਬਨ ਜ਼ੋਰ ਤੋਂ ਪਹਿਲੇ ਜਿਹੜਾ ਰੇਟ ਉਹਨਾਂ ਸਾਨੂੰ ਦਿੱਤਾ ਉਹ ਰੇਟ ਹੈ ਸੀ ਤਕਰੀਬਨ 10,500 ਤੋਂ ਤੱਕ ਐਂਡ। ਔਰ ਯੂੰ ਹੀ ਸ਼ਾਮ ਹੋਈ ਤਾਂ ਤਿਲਾਂ ਦਾ ਰੇਟ ਜੀ 500 ਰੁਪਇਆ ਉਹਨਾਂ ਨੂੰ ਹੋਰ ਡਾਊਨ ਕਰਤਾ ਜੀ, ਘੱਟ ਗਿਆ ਰੇਟ ਜੀ ਮਾਰਕੀਟ ਦੇ ਵਿੱਚ। ਔਰ ਅੱਜ ਦਾ ਜਿਹੜਾ ਰੇਟ ਹੈ ਉਹ ਤਕਰੀਬਨ ਕੋਈ 100-150 ਜਿਹੜਾ 200 10,000 ਨਾਲ ਵੀ ਘੱਟ ਹੈ। ਔਰ ਤੁਸੀਂ ਖਿੱਚ ਖਿਚਾ ਕਹਿ ਸਕਦੇ ਜੀ ਕਿ 10,000 ਰੁਪਇਆ ਸਾਡੇ ਇਲਾਕੇ ਦੇ ਵਿੱਚ ਇੱਕ ਸਾਫ਼ ਸੁਥਰੇ ਜਿਹੜੇ ਤਿਲ ਨੇ ਉਹਨਾਂ ਦਾ ਰੇਟ ਹੈ, ਔਰ ਘੱਟ ਤੋਂ ਘੱਟ ਰੇਟ ਜਿਹੜਾ ਵਾ 6,000 ਤੋਂ ਸਟਾਰਟ ਹੋ ਰਿਹਾ ਵਾ। ਪਾਣੀ ਤਾਂ ਹੁਣ ਆਖਰ ਬਾਰਿਸ਼ ਹੋਈ, ਪਾਣੀ ਦੇ ਤਿਲਾਂ ਨੂੰ ਲੱਗਣਾ ਹੀ, ਮਾੜਾ ਚੰਗਾ ਰੰਗ ਵੀ ਕਈ ਜਗ੍ਹਾ 'ਤੇ ਚੇਂਜ ਕੀਤਾ ਹੋਇਆ, ਔਰ ਇਹ ਕੋਈ ਐਸੀ ਫਸਲ ਵੀ ਨਹੀਂ ਹੈਗੀ ਜਾਂ ਮੱਕੀ ਹੋਇਆ ਜੀ ਇਹਨਾਂ ਨੂੰ ਸੇਵ ਕਰਕੇ ਇੱਕ ਜਗ੍ਹਾ 'ਤੇ ਰੱਖ ਲਿਆ ਹੋਵੇ। ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ, ਹੁਣ ਬਾਹਰ ਫੀਲਡ 'ਚ ਹੀ ਪਏ ਨੇ ਜਾਂ ਬਾਹਰ ਅਸੀਂ ਇਹ ਤੋਂ ਫੀਲਡ 'ਚੋਂ ਬਾਹਰ ਕੱਢ ਕੇ ਬਾਹਰ ਵੀ ਰੱਖਾਂਗੇ, ਫੜਾਂ ਫੁੜਾਂ 'ਤੇ ਰੱਖਾਂਗੇ, ਅੰਦਰ ਤਾਂ ਨਹੀਂ ਇਹਨੂੰ ਸਟਾਕ ਕੀਤਾ ਜਾ ਸਕਦਾ, ਬਾਰਿਸ਼ 'ਤੇ ਇਹਦੇ 'ਤੇ ਪੈਣੀ। ਔਰ ਸਿਰਫ ਉਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਜੀ ਬਾਰਿਸ਼ੀ ਤਿਲ ਨੇ, ਜੋ 6,000 ਤੋਂ ਸਟਾਰਟ ਹੋ ਕੇ 10,000 ਤੱਕ ਜਿਹੜਾ ਰੇਟ ਹੈ ਸਾਡੇ ਇੱਥੇ ਪਾਕਪਤਨ ਏਰੀਆ ਆਰ ਐਫ ਏਰੀਏ ਦੇ ਵਿੱਚ ਰੇਟ ਹੈ ਅੱਜ 27 ਅਗਸਤ 2024 ਦਾ। ਕੱਲ੍ਹ ਆਉਣ ਵਾਲੇ ਵਕਤ 'ਚ ਨਹੀਂ ਪਤਾ ਕਿ ਕੱਲ੍ਹ ਨੂੰ ਵੱਧ ਵੀ ਸਕਦਾ ਘੱਟ ਵੀ ਸਕਦਾ, ਲੇਕਿਨ ਜਿਹੜੀ ਇਸ ਟਾਈਮ ਸਿਚੁਏਸ਼ਨ ਜਾਂ ਕੰਡੀਸ਼ਨ ਚੱਲਦੀ ਪਈ ਹੈ ਕੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅੱਛੇ ਜਿਹੜੇ ਨੇ ਉਹ ਆ ਰਹੇ ਕਿ ਸ਼ਾਇਦ ਇਹਦਾ ਰੇਟ ਜਿਹੜਾ ਬਿਹਤਰ ਹੋ ਜਾਏਗਾ। ਬਾਕੀ ਅੱਲਾਹ ਤਾਲਾ ਦੀ ਜ਼ਾਤ ਬਿਹਤਰ ਕਰੇ, ਐਵਰੇਜ ਵੀ ਬਿਲਕੁਲ ਕਿਸੇ ਵੀ ਫਸਲ ਦੀ ਨਹੀਂ ਆ ਰਹੀ, ਨਾ ਹੀ ਧਾਨ ਦੀ ਆ ਰਹੀ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਧਾਨ ਹੁਣ ਜਿਹਨਾਂ ਲੋਕਾਂ ਨੇ ਜੀ ਅਪ੍ਰੈਲ 'ਚ ਕਾਸ਼ਤ ਕੀਤੇ ਸੀ ਕੁਛ ਐਵਰੇਜ ਸਾਡੇ ਇਲਾਕੇ 'ਚ ਬਿਹਤਰ ਆਈ, ਔਰ ਮਈ ਵਾਲੇ ਜਿਹੜੇ ਉਹਨਾਂ ਦੀ ਨਹੀਂ, ਔਰ ਮਈ ਤੋਂ ਵੀ ਨਹੀਂ ਆ ਰਹੀ, ਔਰ ਸਾਡੇ ਇਲਾਕੇ 'ਚ ਹੁਣ ਵੀ ਕਈ ਲੋਕ ਜਿਹੜੇ ਕਟਾਈ ਕਰਦੇ ਪਏ ਉਹਦੀ ਵੀ ਅੱਜ ਤੱਕ ਜਿਹੜੀ ਉਹਦੀ ਜਿਹੜੀ ਆ ਉਹ ਐਵਰੇਜ ਠੀਕ ਨਹੀਂ ਆ ਰਹੀ। ਕਾਫੀ ਜ਼ਿਆਦਾ ਜਿਹੜੀ ਐਵਰੇਜ ਇਸ ਟਾਈਮ ਤੱਕ ਮੁਤਾਸਰ ਹੋਈ ਪਈ, ਔਰ ਹਰ ਫਸਲ ਦੀ ਇੱਕ ਤਾਂ ਰੇਟ ਕੋਈ ਨਹੀਂ, ਦੂਸਰਾ ਜਿਹੜੀ ਆ ਉਹਦੇ ਐਵਰੇਜ ਕਾਫੀ ਜ਼ਿਆਦਾ ਜਿਹੜੀ ਉਹ ਮੁਤਾਸਰ ਹੋ ਗਈ। ਔਰ ਤਿਲ ਦਾ ਜਿਹੜਾ ਰੇਟ ਹੈ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰ ਚੁੱਕਿਆ, ਐਵਰੇਜ ਜਿਹੜੀ 2-4 ਮਣ ਹੈ, ਜਿਹੜੀ ਐਵਰੇਜ 5-7 ਮਣ, ਔਰ ਰੇਟ ਜਿਹੜਾ 6,000 ਤੋਂ ਸਟਾਰਟ ਹੋ ਗਏ 10,000 ਰੁਪਏ ਅੱਜ ਦਾ ਰੇਟ ਹੈ। ਸ਼ਾਮ ਨੂੰ ਵੱਲਾ ਆਲਮ 500 ਘੱਟ ਜਾਏ, 500 ਵੱਧ ਜਾਏ ਨਹੀਂ ਆਖਿਆ ਜਾ ਸਕਦਾ। ਬਾਕੀ ਅੱਲਾਹ ਤਾਲਾ ਆਸਾਨੀਆਂ ਪੈਦਾ ਕਰੇ, ਅੱਲਾਹ ਤਾਲਾ ਖੈਰ ਕਰੇ,
ਬਾਕੀ ਦੁਆ ਮੈਂ ਯਾਦ ਰੱਖੇਗਾ ਆਪਣਾ ਖਿਆਲ।